ਸੈਂਥਲੀ ਪਿੰਡ ਦੀ ਮਸੀਤ ਪਹਿਲਾਂ ਜਦੋਂ ਇੱਥੇ ਮੁਸਲਮਾਨ ਰਹਿੰਦੇ ਹੁੰਦੇ ਹਨ ਇਹ ਉਹਨਾਂ ਨੇ ਬਣਾਈ ਸੀ, ਫਿਰ ਉਹ ਇੱਥੋਂ ਤੁਰ ਗਏ ਹਨ ਅਤੇ ਉਦੋਂ ਬਾਅਦ 'ਚੋਂ ਇਹ ਮਤਲਬ ਕਿ ਇਹਦੇ ਵਿੱਚ ਗੁਰਦੁਆਰੇ ਦੇ ਵਿੱਚ ਕਨਵਰਟ ਕਰ ਦਿੱਤੀ ਗਈ ਸੀ। ਆ ਵੇਖੋ ਜੀ, ਉਹਨਾਂ ਟਾਈਮਾਂ ਵਿੱਚ ਆਹ ਪਿੰਡ ਦੀ ਸਾਰਿਆਂ ਤੋਂ ਵੱਡੀ ਮਸੀਤ ਸੀ ਇਹ, ਜਿਹੜਾ ਜੀ ਇਹ ਗੁਰਦੁਆਰਾ ਪਿੰਡ ਦਾ ਵਾ, ਇਹ ਬਾਅਦ 'ਚੋਂ ਬਣਾਇਆ ਸੀ ਜੀ ਇੱਥੇ ਆ ਕੇ ਜਦੋਂ ਫਿਰ ਵਡੇਰਿਆਂ ਨੇ। ਅਤੇ ਉੱਤੋਂ ਦੀ ਅਸੀਂ ਵਿਖਾਉਂਦੇ ਹਾਂ ਵੀ ਮਤਲਬ ਪਿੰਡ ਦੇ ਵਿੱਚ ਕਈ ਘਰ ਵਗੈਰਾ ਜਿਵੇਂ ਪੁਰਾਣੇ ਘਰ ਨੇ, ਜਾਂ ਇੱਕ ਪਰਾਂ ਦਰਗਾਹ ਹੈ ਪੀਰ ਦੀ, ਉਹ ਜਿਹੜੀ ਆ ਜਿਹੜਾ ਵੇਖ ਰਿਹਾ ਸਾਹਮਣੇ ਇਹ ਬਾਬੇ ਪੀਰ ਦੀ ਦਰਗਾਹ ਹੈ ਪਿੰਡ ਦੇ ਵਿੱਚ, ਇਹ ਕਾਫੀ ਪੁਰਾਣੀ ਹੋਈ ਹੈ ਸਾਡੇ ਵਡੇਰਿਆਂ ਦੇ ਟਾਈਮ ਦੀ, ਜਦੋਂ ਦਾ ਹੈ ਉਹਨਾਂ ਨੇ ਇੱਥੇ ਵੇਖੀ ਹੈ। ਛੱਪੜ ਤੋਂ ਦੂਜੇ ਪਾਰ ਉਹ ਵੇਖਦਾ ਪਿਆ ਜਿਹੜਾ ਉਹ ਮੰਦਰ ਹੈ ਪਿੰਡ ਦਾ, ਇੱਥੇ ਹਿੰਦੂਆਂ ਨੇ ਜਿਹੜੇ ਜਾਟ ਰਹਿੰਦੇ ਨੇ ਉਹ ਆਉਂਦੇ ਜਾਂਦੇ ਨੇ ਇੱਥੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਉੱਥੋਂ ਵੱਡੜੇ ਆਖਣ ਲੱਗੇ ਵੈ ਚੂੜ ਕਾਣੇ ਸਿੱਖਣਾ ਸੱਚੇ ਸੌਦੇ, ਅੱਛਾ ਪੱਠੇ ਪਾਉਂਦੇ ਨੇ ਉੱਥੇ ਕੰਪ ਲੱਗਣਾ, ਅਤੇ ਉਦੋਂ ਮਿੰਟ ਦੀ ਕੋਣੀ ਉਹ ਸਰਦਾਰਾਂ ਸਿੱਖਾਂ ਬਦਮਾਸ਼ਾਂ ਕੋਲ ਬੰਦੂਕਾਂ ਪੱਕੀਆਂ ਰਸਲਾਂ ਸੀ ਉਹਨਾਂ ਟਾਈਮਾਂ 'ਚ ਵੀ ਲਈ ਕਰਦੇ ਹਾਂ, ਉਹ ਲਈ ਆਜ਼ਾਦੀ ਹੋ ਗਈ ਉਦੋਂ ਕੌਣ ਪੁੱਛਦਾ ਸੀ, ਪੁਲਿਸ ਨੂੰ ਸਰਕਾਰ ਨੂੰ ਮਾਰਸ਼ਨ ਬਦਮਾਸ਼ 'ਚ ਉਹ ਮਾਰਸ਼ਨ ਕਿਸੇ ਨੂੰ ਕੋਈ ਨਹੀਂ ਸੀ ਪੁੱਛਦਾ ਉੱਥੇ ਪਿੰਡ ਦਾ। ਤੇ ਫਿਰ ਉੱਥੋਂ ਟ੍ਰੇਨ 'ਤੇ ਆਏ ਹੋ ਅੱਗੇ ਰੇਲ ਗੱਡੀ 'ਤੇ ਵੀ ਆਉਂਦੇ ਸੁਣਿਆ ਵੀ ਤੁਸੀਂ ਰੇਲ ਗੱਡੀ 'ਚ ਵੀ ਬਹਿ ਕੇ ਆਏ ਹੋ, ਕਿੱਥੋਂ ਬੈਠੇ ਹੋ? ਅਸੀਂ ਰੇਲ ਗੱਡੀ 'ਚ ਸੱਤੇ ਸੌਦੇ ਸੱਤੇ ਸੌਦੇ ਹੋ, ਫੁੱਲ ਭਰ ਗਈ ਸੀ ਗੱਡੀ ਲੋਕਾਂ ਨਾਲ। ਅਤੇ ਜਦੋਂ ਫਿਰ ਤੁਸੀਂ ਉੱਥੋਂ ਤੁਰੇ ਹੋ ਮਤਲਬ ਤੁਹਾਡਾ ਪੂਰਾ ਐਡਰੈਸ ਕੀ ਹੈ, ਜ਼ਿਲ੍ਹਾ ਜ਼ਿਲ੍ਹਾ ਤਹਿਸੀਲ ਸਾਰਾ ਕੁਝ ਦੱਸੋ, ਉੱਥੇ ਜਿਹੜੇ ਫਿਰ ਵੇਖਣਗੇ ਉਹਨਾਂ ਨੂੰ ਪਤਾ ਤਾਂ ਲੱਗੇ। ਜ਼ਿਲ੍ਹਾ ਤੇ ਸੀ ਪਿਤਾ ਜੀ ਦਾ ਨਾਮ ਕੀ ਸੀ? ਈਸਰ ਸਿੰਘ। ਤੇ ਜਾਤ ਕੀ ਆਪਣੀ? ਗੋਤ ਢਿੱਲੋਂ। ਤੇ ਕਿੰਨੇ ਭਰਾ ਹੋ ਤੁਸੀਂ? ਚਾਰ ਭਰਾ। ਕਿਹੜਾ ਕਿਹੜਾ? ਕਪੂਰ ਸਿੰਘ ਵੱਡਾ, ਚੰਨਣ ਸਿੰਘ, ਅੱਛਾ ਕੁੰਦਨ ਸਿੰਘ, ਤੇ ਚੰਨਣ ਸਿੰਘ ਤੇ ਮਰ ਗਿਆ ਨਾ, ਚੰਨਣ ਸਿੰਘ ਤੇ ਪੂਰਾ ਹੋ ਗਿਆ। ਲੱਗੇ ਫਿਰਨੇ ਆ। ਬਾਬੂ ਜੀ ਕਿੰਨੀ ਉਮਰ ਹੋ ਗਈ ਆਪਣੀ? ਉਮਰ ਬਸ 80 ਦੇ ਨੇੜੇ ਆ ਜਾਂ 1 ਸਾਲ ਘੱਟ ਜਾਂ ਉੱਤੇ। ਠੀਕ। ਤੇ ਕੀ ਨਾਮ ਲਈਦਾ ਆਪਣਾ? ਪਿਛਲਾ ਪਿੰਡ ਕਿਹੜਾ ਸੀ ਪਾਕਿਸਤਾਨ? ਖਾਰਾ ਢਿੱਲੂਆਂ ਦਾ। ਤੇ ਕਿੰਨੇ ਕੁ ਉਮਰ ਸੀ ਉਦੋਂ ਜਦੋਂ ਤੁਸੀਂ ਉੱਥੋਂ ਆਏ ਹੋ? ਮੈਂ ਹੋਵਾਂ ਦੇ ਮੈਨੂੰ ਪੂਰਾ ਪਤਾ ਕੋਈ 9-10 ਸਾਲਾਂ ਦਾ। 9-10 ਸਾਲਾਂ ਦਾ ਆਪਣੀ ਪੈਲੀ ਦਾ ਸਾਰੀ ਚੀਜ਼ਾਂ ਦਾ ਪਤਾ? ਸਾਰਾ ਪਤਾ। ਨਸ਼ੋਰੇ ਪੜਦਾ ਹੁੰਦਾ ਰਾਤ ਚ ਆਉਂਦਾ ਸੀ। ਅੱਛਾ ਕਿੰਨਾ ਪੜੇ ਹੋ? ਹੈ ਕਿੰਨਾ ਪੜੇ ਹੋ? ਪੜਿਆ ਕੋਈ ਨਹੀਂ, ਮੈਂ 13 ਸਾਲ ਪੜਦਾ ਰਿਹਾ ਕੱਚੀ ਪਹਿਲੀ ਚ। ਕੱਚੀ ਪਹਿਲੀ ਜੀ? ਅੱਛਾ ਤੇ ਹੋਰ ਕੀ ਕਰਦੇ ਹੁੰਦੇ ਤੁਸੀਂ? ਹੈ ਹੋਰ ਕੀ ਕੰਮ ਕਰਦੇ ਹੋ? ਮੱਝਾਂ ਮੁੱਝਾਂ ਚਾਰਦੇ ਸੋ? ਮੱਝਾਂ ਵੱਡਿਆਂ ਨਾਲ ਟੁਰ ਜਿਹਦਾ ਸੀ ਉਦੋਂ ਜ਼ਮਾਨਾ ਹੁੰਦਾ ਸੀ। ਅੱਛਾ ਵੱਡਿਆਂ ਦੇ ਨਾਲ ਕੱਟਿਆਂ ਦੇ ਹੋਟੇ ਲਈ ਲੈਂਦੇ ਰਹੇ ਨਾ, ਤਾਂ ਇਹਦੇ ਪੜੇ ਨਹੀਂ 10 ਦਿਨ ਜਾਣਾ ਤੇ ਫਿਰ ਛੇੜਵਾਣਾ ਟੁਰ ਜਾਣਾ। ਤੇ ਆਪਣਾ ਕੀ ਨਾਮ ਲਈਦਾ? ਕਿੰਨੀ ਕੁ ਆਪਣੀ ਵਾਈ ਖੇਤੀ ਕਿੰਨੀ ਕੁ ਸੀ ਉਦੋਂ? ਹਾਂ ਵਾਈ ਖੇਤੀ ਵਾਧੂ ਸੀ ਸਾਡੀ। ਅੱਛਾ ਤੇ ਨਾਲ ਦੇ ਜਮਾਤੀ ਜਮੂਤੀ ਜਦੋਂ ਪੜ੍ਹਦੇ ਸੋ ਕਿਸੇ ਮੁਸਲਮਾਨ ਦਾ ਉੱਧਰ ਵਾਲੇ ਮੁੰਡੇ ਦਾ ਨਾਮ ਯਾਦ ਹੋਏ? ਆਪਣੇ ਪਿੰਡ ਸਕੂਲ ਕੋਈ ਨਹੀਂ ਸੀ? ਨਾ ਆਪਣੇ ਪਿੰਡ ਨਹੀਂ ਸੀ ਸਕੂਲ। ਅੱਛਾ
ਤੇ ਜਦੋਂ ਫਿਰ ਤੁਸੀਂ ਉੱਥੋਂ ਤੁਰੇ ਹੋ, ਮਤਲਬ ਤੁਹਾਡਾ ਪੂਰਾ ਐਡਰੈਸ ਕੀ ਹੈ, ਜ਼ਿਲ੍ਹਾ ਜ਼ਿਲ੍ਹਾ ਤਹਿਸੀਲ ਸਾਰਾ ਕੁਝ ਦੱਸੋ, ਉੱਥੇ ਜਿਹੜੇ ਫਿਰ ਵੇਖਣਗੇ ਉਹਨਾਂ ਨੂੰ ਪਤਾ ਤਾਂ ਲੱਗੇ। ਜ਼ਿਲ੍ਹਾ ਤੇ ਸੀ ਦੂਜੀ ਪੱਤੀ ਦਾ ਮੰਗਲ ਸਿੰਘ, ਮੰਗਲ ਸਿੰਘ ਦੋ ਨੰਬਰਦਾਰ। ਹਾਂ, ਤੇ ਤੁਹਾਡੇ ਜਿਹੜਾ ਆਪਣਾ ਉੱਥੇ ਆਉਂਦੇ ਨੇ ਵੀ ਰਹਿ ਗਿਆ ਇੱਕ ਬੰਦਾ, ਉਹਨਾਂ ਦਾ ਕੀ ਨਾਮ ਹੈ, ਕਿਹੜੇ ਦਾਦੇ ਚੋਂ ਹੈ ਉਹ? ਉਹ ਤਾਰਾ ਸਿੰਘ ਦੀ ਔਲਾਦ ਹੈ, ਜਿਸ ਮੇਰਾ ਮੇਰਾ ਕੀਤੀ ਸੀ ਉਹ ਬੁੱਢੀ। ਅੱਛਾ। ਉਹਦੇ ਮੁੰਡੇ ਸੀ ਵੱਡਾ ਸ਼ਿੰਗਾਰਾ। ਅੱਛਾ। ਉਦੋਂ ਛੋਟਾ ਮਾਣੀ। ਅੱਛਾ। ਸਾਰਾ ਤੋਂ ਛੋਟਾ ਸੋਹਣੀ ਸੋਹਣੀ ਤੇ ਇੱਥੇ ਆਇਆ ਸੀ, ਸੋਹਣੀ ਇੱਥੇ ਆਇਆ ਸੀ। ਅੱਛਾ, ਠੀਕ ਹੈ। ਕਿਹੜੀ ਗੱਲ ਕਰੋ, ਕਿਵੇਂ ਉੱਥੋਂ ਕਿਸ ਤਰ੍ਹਾਂ ਆਏ ਸੋ, ਗੱਡੀ ਤੇ ਹੋ ਕੇ ਡੰਗਰ ਡੁੰਗਰ ਆਪਣਾ ਦਾ ਪਤਾ ਕਿਵੇਂ ਲੱਗਾ? ਆਪਣੇ ਪਿੰਡੋਂ ਖੁਦ। ਹਾਂ ਹਾਂ। ਪਿੰਡੋਂ ਤੇ ਸਾਡੇ ਕੋਲ ਨਾ ਇੱਕ ਘੋੜਾ ਹੁੰਦਾ ਸੀ। ਅੱਛਾ। ਇੱਕ ਡਾਚੀ ਸੀ ਜਿਹਨੂੰ ਉਠਣੀ ਆਂਦਣ, ਬੜੀ ਤਗੜੀ ਹਾਥੀ ਵਰਗੀ ਸੀ। ਅੱਛਾ। ਉਹਨਾਂ ਦੇ ਬਸ ਨਿਆਣੇ ਨੂੰ ਲੈ ਕੇ ਵਰਨੀ ਵਰਨੀ ਆਏ। ਅੱਛਾ। ਵਰਨੀ ਇਹਨਾਂ ਦਾ ਨਾ ਬਾਬਿਆਂ ਦਾ ਹੁੰਦਾ ਸੀ, ਮੂਲਾ ਸਿੰਘ। ਅੱਛਾ। ਪੂਰਾ ਵੱਡਾ ਬਦਮਾਸ਼ ਸੀ ਉਹ। ਅੱਛਾ। ਉਹਦੇ ਘਰ ਆਏ। ਅੱਛਾ। ਅੱਛਾ ਆਏ ਤੇ ਆਟਾ ਊਟਾ ਉਦੋਂ ਕਿਹੜਾ ਹੁੰਦਾ ਸੀ, ਉਹ ਘਰੋਂ ਵੀ ਚੌਲ ਚੱਲ ਆਏ ਆਉਣੇ, ਆਟਾ ਉੱਟਾ ਉੱਥੋਂ ਹੀ ਸਾਰਾ ਸੀ ਟੱਬਰ। ਅੱਛਾ। ਪਕਾਉਣਾ ਜਨਾਨੀਆਂ ਨੇ ਖਾਣਾ, ਉਹ ਪੰਜ ਚਾਰ ਦਿਨ ਹੀ ਰਹੇ ਤੇ ਉਹ ਪਿੰਡੋਂ ਤੇ ਆਇਆ ਵਾ, ਚਾਰ ਦਿਨ ਰੌਲਾ ਤੇ ਵੱਡੇ ਪਿੰਡ ਜਾਂਦੇ, ਛੋਟਾ ਪਿੰਡ ਸੀ ਸਾਡਾ। ਅੱਛਾ ਅੱਛਾ। ਦੁਆਲੇ ਸਨ ਵੱਡੇ ਵੱਡੇ ਪਿੰਡ ਮੁਸਲਮਾਨਾਂ ਦੇ। ਕਿਹੜੇ ਕਿਹੜੇ ਪਿੰਡ ਸਨ, ਕੀ ਨਾਮ ਪਿੰਡਾਂ ਦਾ? ਵਧਾਉਣਾ ਉਹਨੂੰ ਅੱਗ ਲੱਗੀ ਸੀ ਜਦੋਂ ਲੋਕ ਕੋਠਿਆਂ ਤੇ ਚੜ੍ਹ ਕੇ ਵੇਖੋ ਵਧਾਉਣ ਸੜਦੇ ਨੇ, ਬਸ ਛੋਟਾ ਸੀ। ਅੱਛਾ। ਫੇਰ ਅੱਜ ਇੱਥੋਂ ਦੇ ਕਬਰੀ ਇੰਨੀ। ਅੱਛਾ। ਕਬਰੀਏ ਵਿਰਕਣੇ ਜਿਹੜੇ ਆ। ਅੱਛਾ। ਇਹਨਾਂ ਨੂੰ ਫਿਰ ਨਾਲ ਇੱਕ ਹੁੰਦਾ ਸੀ ਮੱਝੂ ਚੱਕ, ਮੁਸਲਮਾਨ ਦਾ ਵੱਡਾ ਪਿੰਡ, ਉਹਨਾਂ ਤੋਂ ਫਿਰ ਮੁਸਲਮਾਨ ਦੇ ਪਿੰਡਾਂ ਤੋਂ ਡਰਦੇ ਨਾ, ਵੱਡਾ ਪਿੰਡ ਵਰਨ। ਅੱਛਾ। ਤੇ ਉੱਥੇ ਆਏ ਸਿੱਖਾਂ ਦਾ ਪਿੰਡ ਸੀ, ਤਕੜੇ ਤਕੜੇ ਬਦਮਾਸ਼ ਸਨ, ਵੱਡਾ ਪਿੰਡ। ਉਹ ਮੂਲਾ ਸਿੰਘ ਦੇ ਘਰ ਹੈ, ਉਹ ਮੂਲਾ ਸਿੰਘ ਇਹਨਾਂ ਜਿਹੜੇ ਸਿੱਖ ਸਨ ਨਾ ਮੁਸਲਮਾਨ, ਜਿੱਥੇ ਜਿੱਥੇ ਤੰਗ ਕਰਦੇ ਨੇ ਜਿਵੇਂ ਵਧਾਉਣ ਜੀ ਨਾ ਸਾਡੇ ਸਨ, ਉਹ 8-10-15 ਉਹਨਾਂ ਨੇ ਬਦਮਾਸ਼ ਇਕੱਠੇ ਹੋ ਕੇ ਰਾਤ ਨੂੰ ਸੋਧਦੇ ਸਨ ਜਾਂ ਘੋੜੀਆਂ 'ਤੇ, ਉਹਨਾਂ ਨੂੰ ਮਾਰ ਕੁੱਟਾਉਣਾ। ਤੇ ਤੁਹਾਨੂੰ ਦੱਸਿਆ ਕਿ ਨਹੀਂ ਸੀ ਵੀ ਹੁਣ ਇੱਥੇ ਨਹੀਂ, ਇੱਥੇ ਨਹੀਂ ਰਹਿਣਾ ਤੈਨੂੰ? ਉਹ ਮੂਲਾ ਸਿੰਘ ਨੇ ਆ ਕੇ ਆਖੇ ਜਿਹਦੇ ਘਰ ਰਹਿੰਦੇ ਸਨ, ਵੱਡੇ ਜਿਹੜੇ ਵਰਨੀ ਮਿਲਟਰੀ ਪੈਣਾ। ਅੱਛਾ। ਮਾਰਨ ਵਾਸਤੇ? ਹਾਂ, ਮਾਰਨ ਵਾਸਤੇ ਨਿਕਲ ਜਾ ਸਾਰੇ, ਮਿਲਟਰੀ ਮਾਰਦੀ ਲੋਕਾਂ ਨੂੰ। ਹਾਂ, ਇਹ ਜੋ ਤੰਗ ਕਰਦੇ ਹਨ ਸਿੱਖ ਰਾਤ ਨੂੰ ਜਾ ਕੇ ਚੋਰੀ। ਅੱਛਾ। ਪਿੰਡਾਂ ਨੂੰ ਜਿਹੜੇ ਮਾਰਦੇ ਨਾ ਸਿੱਖਾਂ ਨੂੰ, ਮਤਲਬ ਉਤਰੇ ਹਨ ਬੰਦੇ ਆਪਣੇ ਵਿੱਚ, ਉਹ ਉਤਰੇ ਬਦਮਾਸ਼ ਇਕੱਠੇ ਹੋਏ ਸਨ ਪਿੰਡਾਂ ਦੇ, ਉਹ ਉਤਰੇ ਜਾਂਦਾ। ਚਲੋ। ਉਹ ਮੂਲਾ ਸਿੰਘ ਨੇ ਆ ਗਿਆ, ਨਿਕਲ ਜੀ ਉੱਥੇ ਵੱਡੇ ਮਿਲਟਰੀ ਪੈਣਾ। ਅੱਛਾ। ਉੱਥੋਂ ਅਸੀਂ ਆਏ, ਮੇਰੇ ਯਾਰ ਦੇ ਪੱਕੇ ਕਿੱਥੋਂ ਦੀਆਂ ਸਨ, ਓਏ ਮੂੰਜ ਫਿਰਦਾ ਮਰੀਦ ਕੇ। ਅੱਛਾ। ਮਰੀਦ ਕਿਆਂ ਦੇ ਟਿੱਬੇ ਸਨ ਤੇ ਉੱਤੇ ਵੀ, ਤੇ ਬਹੁਤੇ ਵਰਨਾ ਵਾਲੇ ਤੇ ਅਸੀਂ ਉਹ ਮੱਕੀਆਂ ਦੇ ਟਿੱਬਿਆਂ ਦੇ ਬੈਠੇ। ਉੱਥੋਂ ਵੱਡੇ ਆਖਣ ਲੱਗੇ ਵਾ ਚੂੜ ਕਾਣੇ ਸਿੱਖ ਨਾ ਸੱਚੇ ਸੌਦੇ ਇਕੱਠੇ ਪਾਉਂਦੇ ਨੇ, ਉੱਥੇ ਕੰਪ ਲੱਗਣਾ। ਤੇ ਉਦੋਂ ਮਿਲਟਰੀ ਕੋਣੀ ਸੀ, ਉਹ ਸਰਦਾਰਾਂ ਸਿੱਖਾਂ ਬਦਮਾਸ਼ਾਂ ਕੋਲ ਬੰਦੂਕਾਂ ਪੱਕੀਆਂ ਦਾ ਅਸਲਾ ਸੀ, ਉਹਨਾਂ ਟਾਈਮਾਂ 'ਚ ਵੀ ਉਹ ਲਈਫ ਆਜ਼ਾਦੀ ਹੋ ਗਈ, ਉਹਦੇ ਕੋਲ ਪੁੱਛਦਾ ਸੀ ਪੁਲਿਸ ਨੂੰ, ਸਰਕਾਰ ਨੂੰ ਮਾਰਸ਼ਨ ਬਦਮਾਸ਼ ਚ, ਉਹ ਮਾਰਸ਼ਨ ਕਿਸੇ ਨੂੰ ਕੋਈ ਨਹੀਂ ਸੀ ਪੁੱਛਦਾ। ਉੱਥੇ ਪਿੰਡ ਦਾ ਪੂਰਾ ਨਾਮ। ਤੇ ਫਿਰ ਉੱਥੋਂ ਟ੍ਰੇਨ ਤੇ ਆਏ ਹੋ, ਅੱਗੇ ਰੇਲ ਗੱਡੀ ਤੇ ਵੀ ਆਣ ਸੁਣਿਆ ਵੀ ਤੇ ਰੇਲ ਗੱਡੀ 'ਚ ਵੀ ਬਹਿ ਕੇ ਆਏ ਹੋ, ਕਿੱਥੋਂ ਬੈਠੇ ਹੋ? ਅਸੀਂ ਰੇਲ ਗੱਡੀ 'ਚ ਸੱਤੇ ਸੱਦੇ ਹੋਏ, ਸੱਤੇ ਸੌਦੇ ਹੋ, ਫੁੱਲ ਭਰ ਗਈ ਸੀ ਗੱਡੀ ਲੋਕਾਂ ਨਾਲ। ਇੱਕ ਤੇ ਪਹਿਲਾਂ ਗੱਡੀ ਆਈ ਮਿਲਟਰੀ ਦੀ। ਅੱਛਾ। ਉਸ ਗੱਡੀ ਤੋਂ ਅੱਛਾ ਪਹਿਲਾਂ ਅੱਛਾ ਉਹਦੇ 'ਚ ਲੋਕ ਭੱਜੇ ਗਏ ਵਾ, ਗੱਡੀ ਆਈ ਹੈ ਲੋਕਾਂ ਨੂੰ ਜਿਹੜੇ ਨੇੜੇ ਬੈਠੇ ਸਨ ਲੈਣ ਦੇ ਚਿਰਨ ਵਾਸਤੇ, ਬੜੇ ਮਾਰੇ ਉਹਨਾਂ ਵੀ, ਕਈਆਂ ਦੇ ਉੱਥੇ ਆਪੇ ਜੀ ਲੁੱਟਾ ਮਾਸੀ ਹੋ ਗਏ। ਫਿਰ ਉੱਥੋਂ ਗੱਡੀ 'ਚ ਬੈਠੇ ਤੁਸੀਂ? ਨਾ, ਫਿਰ ਪਿਛਾਂ ਸੀ ਤੇ ਜੀ ਅੱਪੜੇ ਨਹੀਂ ਸਨ ਨੇੜੇ, ਆਪਣੇ ਆਪਣੇ ਟਿਕਾਣਿਆਂ 'ਤੇ ਰਹੇ। ਫਿਰ ਬਾਈ ਫਿਰ ਗੱਡੀਆਂ ਲੱਗੀਆਂ, ਫਿਰ ਮਾਲ ਗੱਡੀਆਂ ਹਨ, ਪਾਦਰਾਂ ਦਾ ਡੈਂਸ ਹਨ, ਖੁੱਲੇ ਛੱਪ ਚੁੱਤ ਕੋ ਨਹੀਂ ਹੁੰਦਾ ਮਾਲ 'ਚ, ਮਾਲ ਗੱਡੀ ਆ। ਅੱਛਾ। ਮੀਂਹ ਪੈਣ ਉੱਤੋਂ ਉਦੋਂ ਉਸ ਸਾਲ ਮੀਂਹ ਬੜੇ ਪਏ ਸਨ, ਬੜੇ ਰੁੜੇ ਸਨ ਲੋਕ, ਮਾਵਾਂ ਕੋਲ ਕਿਹੜੀਆਂ ਤਰਪਾਲਾਂ ਉਦੋਂ ਹੁੰਦੀਆਂ ਨੇ ਵਿਚਾਰੀਆਂ, ਛੋਟਿਆਂ ਨਿਆਣਿਆਂ ਨੂੰ ਚੁੰਨੀਆਂ ਛੰਨੀਆਂ ਦੇ ਕੇ ਗੁੱਠੇ ਲਾ ਕੇ ਆਪਣਾ ਬੈਠੀਆਂ।
ਲਾਹੌਰ ਆ ਕੇ ਨਾ ਬਦਾਮੀ ਬਾਗ ਲਾਹੌਰ ਦਾ ਕੋਈ ਸਟੇਸ਼ਨ ਹੈ ਉੱਥੇ ਆ ਕੇ ਗੱਡੀਆਂ ਖਲਾਰ ਲਈਆਂ ਟ੍ਰੇਨ ਰੋਕ ਲਈ ਉਹਨਾਂ ਨੇ ਹਾਂ ਉਹਨਾਂ ਨੇ ਰੋਕੀ ਕਿ ਆਪ ਬੰਦਿਆਂ ਨੇ ਰੋਕਤੀ ਨਾ ਮਿਲਟਰੀ ਵਾਲਿਆਂ ਉਸ ਗੱਡੀ ਦੇ ਨਾਲ ਥੋੜੇ ਜਿਹੇ ਸਨ ਗੋਰਖੇ ਫੌਜੀ ਫੌਜੀ ਮਸਾਂ ਪੰਜ ਚਾਰ ਅੱਛਾ ਓਏ ਹੋਏ ਐਡੇ ਇਮਾਨਦਾਰ ਤੇ ਭੱਜਣ ਡਰੋ ਮਤ ਉਹਨਾਂ ਭੈਣੀਆਂ ਨੇ ਪਹਿਲਾਂ ਦੇ ਲੋਕਾਂ ਤੋਂ ਰੋਕੀ ਨਾ ਜਿਹੜੇ ਹਥਿਆਰ ਨੇ ਉਹ ਸੁੱਟੋ ਅੱਛਾ ਪੁਲਿਸ ਉਹ ਮਿਲਟਰੀ ਨੇ ਅੱਛਾ ਮੁਸਲਮਾਨੀ ਨੇ ਅੱਛਾ ਸੋ ਬੁਰਛਾ ਤਲਵਾਰ ਉਹਨਾਂ ਸਟਾ ਲਈ ਕਿਸੇ ਚੋਰੀ ਚਾਰੀ ਰੱਖ ਲੈ ਦਿਲ ਵਾਲੇ ਨਹੀਂ ਵਿੱਚ ਆਏ ਤੇ ਮਾਰਾਂਗੇ ਲੋਕਾਂ ਡਰਦੇ ਹੁੰਦੇ ਹੇੜੀ ਬਾ ਵਿੱਚ ਵੜ ਗਏ ਜੇ ਕੋਈ ਲੱਭਾ ਮਾਰਨ ਦੇ ਹੈ ਅੱਛਾ ਉਹਨਾਂ ਸੱਟਾ ਲਈ ਫਿਰ ਗੋਰਖਾ ਮਿਲਟਰੀ ਉਹ ਡਰੋ ਮਤ ਹਮ ਮਰਾਂਗੇ ਤਬ ਤੂੰ ਮਰੋਗੇ ਤਾਂ ਕਰਨ ਅੱਛਾ ਇਹਨਾਂ ਰੋਕ ਲਈਆਂ ਗੱਡੀਆਂ ਇੱਥੇ ਪਾਣੀਪਤ ਅੱਛਾ ਆਪਣੇ ਵਾਲੇ ਬੰਦੇ ਸਾਡੇ ਵਾਲਿਆਂ ਅੱਛਾ ਮੁਸਲਮਾਨਾਂ ਦੀਆਂ ਅੱਛਾ ਵੀ ਉਹ ਆਏਗੀ ਤੇ ਛੱਡਾਂਗੇ ਇਹਨੂੰ ਹੈ ਵੀ ਉਹ ਆਏਗੀ ਇਹਨਾਂ ਕਿਹਾ ਬਾ ਸਾਡੀਆਂ ਗੱਡੀਆਂ ਜਾਣਦੀਆਂ ਤੇ ਛੱਡਿਆ ਮਾਰਾਂਗੇ ਅਸੀਂ ਫਿਰ ਕਿਸੇ ਵਿੱਚ ਨੇ ਹੋਣੇ ਨੇ ਕੋਈ ਉਹ ਦੂਜੇ ਇਹਨਾਂ ਵਿਚਾਰਿਆਂ ਦਾ ਕੀ ਕਹਿਣਾ ਹਾਂ ਇਹਨਾਂ ਨੂੰ ਟੋਰੋ ਤੇ ਉਹ ਤਲਵਾਰ ਜਾਣੋ ਫਿਰ ਸਾਡੀਆਂ ਟੁਰੀਆਂ ਆ ਕੇ ਅਟਾਰੀ ਆ ਜਿੱਥੇ ਅੰਮ੍ਰਿਤਸਰ ਅੱਛਾ ਕੀ ਉਹ ਵਾਗਾ ਬਾਰਡਰ ਉੱਥੇ ਆ ਕੇ ਫਿਰ ਲੰਘੀਆਂ ਜਦੋਂ ਉਹ ਤੇ ਛੋਲਿਆਂ ਦੀ ਮੁੱਠ ਮੁੱਠ ਦਿੱਤੀ ਉੱਥੇ ਬੈਠੇ ਸਨ ਛੋਲਿਆਂ ਨਾਲ ਰੱਜ ਗਏ ਹੋਵਾਂਗੇ ਪੂਰੇ ਫਿਰ ਆਹੋ ਵਾਹ ਵਾਹ ਦਿੰਦੇ ਸਨ ਉਹ ਦੇ ਕੇ ਉਹਲੇ ਸੋਨੇ ਹਾਲ ਹੋ ਗਏ ਫਿਰ ਅੱਛਾ ਅੰਮ੍ਰਿਤਸਰੋਂ ਆ ਕੇ ਤੇ ਸਰਦਾਰ ਸੀ ਅੰਮ੍ਰਿਤਸਰ ਦਾ ਕੋਈ ਮਜੀਠੀਆ ਸੁੰਦਰ ਸਿੰਘ ਹੋਰ ਨਾਂ ਸੀ ਕੀ ਸੀ ਹੈ ਮੇਰੇ ਆਪ ਹੀ ਯਾਦ ਹੈ ਉੱਥੇ ਨਿਗਾ ਜਿਹਾ ਤਲਾ ਉਹਦੀ ਕੋਠੀ 'ਚ ਬੜੀ ਵੱਡੀ ਕੋਠੀ ਉੱਥੇ ਸਾਡਾ ਪਿੰਡ ਕੀ ਖਾਰਾ ਹੋਰ ਵੀ ਲੋਕ ਬੜੇ ਇਕੱਠੇ ਹੋ ਗਏ ਲੰਗਰ ਉਹ ਆਟਾ ਦੇ ਤੇ ਆਪ ਜਨਾਨੀਆਂ ਪਕਾਉਣ ਤੇ ਖਾਣ ਹੈ ਮਤਲਬ ਰਾਹ 'ਚ ਕੋਈ ਤੁਹਾਡੇ ਨਾਲ ਹੋਰ ਬੰਦਾ ਬੰਦਾ ਮਰਿਆ ਤੇ ਨਹੀਂ ਆਪਣਾ ਨਹੀਂ ਸਾਡਾ ਨਹੀਂ ਮਰਿਆ ਰਾਹ 'ਚ ਸਹੀ ਸਲਾਮਤ ਆ ਗਏ ਤਰੇ ਮਰੇ ਸਨ ਉੱਥੇ ਖਾਰੇ ਹੀ ਮਾਰੇ ਸਨ ਕੁੜੀਆਂ ਪੁਲਿਸ ਵਾਲੇ ਗੋਲੀ ਲੰਘਾ ਕੇ ਤਰਵਾਂ ਨੂੰ ਕੱਟਾ ਬਾਹਮਣ ਇੱਕ ਇਹਨਾਂ ਦਾ ਸੀ ਆ ਬੰਤਾ ਸਿੰਘ ਜੀ ਨੇ ਜਿਹੜੇ ਇੱਥੇ ਸੁੱਖਾ ਸਿੰਘ ਬੰਤਾ ਸਿੰਘ ਨਹੀਂ ਡਾਚਰ ਨੂਸਾ ਬੰਤਾ ਭਗਤ ਸਿੰਘ ਹੁੰਦਾ ਉਹਨਾਂ ਦਾ ਸੀ ਪਿਓ ਹਾਕਮ ਸਿੰਘ ਸਹੁਰੇ ਨਾਂ ਸੀਗੇ ਹਾਕਮ ਸਿੰਘ ਹੀ ਸੀ ਤੇ ਇੱਕ ਬਾਹਮਣ ਸੀ ਗੰਗਾ ਰਾਮ ਉਹਨਾਂ ਤਰਵਾਂ 'ਚ ਪੈਣੀਆਂ ਨੇ ਗੋਲੀ ਲੰਘਾਈ ਇਕੱਠੀ ਤੇ ਆਪਣੇ ਉੱਥੇ ਖੂਹ ਖਾ ਕਿੰਨੇ ਹਨ ਜਿਹਨਾਂ ਦਾ ਪਾਣੀ ਲੱਗਦਾ ਸੀ ਖੂਹ ਹਾਂ ਨਾਰ ਵਾਧ ਹੁੰਦੇ ਸੀ ਖੂਹ ਸਾਡਾ ਹੁੰਦਾ ਸੀ ਪਿੱਪਲ ਵਾਲਾ ਉਹਦਾ ਸੀ ਸਾਡਾ ਅੱਛਾ ਇੱਦਾਂ ਸੀ ਇਹਨਾਂ ਦਾ ਆ ਜਿਹੜੀ ਨੀ ਬੈਠੇ ਨਿਹੰਗ ਜੀ ਨੇ ਅੱਛਾ ਤੇ ਖੁੰਡਿਆਂ ਦਾ ਖੁੰਡੇ ਤੂੰ ਨਹੀਂ ਵੇਖੇ ਖੁੰਡਿਆਂ ਦੀ ਬੰਦਾ ਸੀ ਜਿੰਨੇ ਉਹ ਵੀਡੀਓ ਕਰ ਲਈ ਸੀ ਅੱਛਾ ਆਹੋ ਖੁੰਡਿਆਂ ਦਾ ਹੀ ਆਹੋ ਇਹਨਾਂ ਦਾ ਸੱਕਾ ਸੀ ਅੱਛਾ ਖੁੰਡਿਆਂ ਦਾ ਤੇ ਪੱਕਾ ਸੱਕਾ ਸੀ ਨਾ ਨਿਹੰਗਾ ਹਾਂ ਨਿਹੰਗ ਵੀ ਨੇੜੇ ਨੇ ਉਹਨੂੰ ਦੂਜੀ ਪੱਤੀ ਤੇ ਅਸੀਂ ਉੱਥੇ ਆਏ ਕੁਦਰਤ ਮਾਲਕ ਦੀ ਆ ਤੁਹਾਡਾ ਜਿਹੜਾ ਚਾਚਾ ਸੀ ਨਾ ਕਰਨੈਲ ਇਹਦੇ ਵੀ ਘਰ ਦੀ ਉੱਥੇ ਮਰੀ ਸੀ ਅੰਮ੍ਰਿਤਸਰ ਅੰਮ੍ਰਿਤਸਰ ਉਹ ਮਜੀਠੀਏ ਦੀ ਕੋਠੀ ਉੱਥੇ ਰਾਤ ਨੂੰ ਲੋਕਾਂ ਸੌਣਾ ਦੇ ਵੱਡੇ ਨੂੰ ਮਰਿਆ ਪਿਆ ਹੋਣਾ ਬਿਮਾਰੀ ਚੱਲ ਹੈ ਜੀ ਇੱਕ ਸਾਡਾ ਹੁੰਦਾ ਸੀ ਬੁੱਢਿਆਂ ਦਾ ਯਾਰ ਸੀ ਉਹਨੂੰ ਸ਼ਾਹ ਸ਼ਾਹ ਆਉਂਦੇ ਸਨ ਅਦਲੀ ਵਾਲਾ ਸੀ ਨੇੜੇ ਆ ਉੱਥੇ ਜਹਾਜ਼ਾਂ ਦਾ ਅੱਡਾ ਵੀ ਸੀ ਨੇੜੇ ਉਹਦੇ ਪਿੰਡ ਤੋਂ ਅਦਲੀ ਵਾਲਾ ਪਿੰਡ ਦਾ ਨਾਂ ਸੀ ਉੱਥੋਂ ਦਾ ਸੀ ਅੰਮ੍ਰਿਤਸਰ ਦੇ ਨੇੜੇ ਹਾਂ ਅੱਛਾ ਤੇ ਉਹ ਅੱਡੇ ਦਾ ਹੋਰ ਕੀ ਨਾਂ ਹੈ ਉਹ ਨੇੜੇ ਵੀ ਜਹਾਜ਼ਾਂ ਦਾ ਅੱਡਾ ਸੀ ਅੱਛਾ ਅੱਛਾ ਉਹਨੂੰ ਵੀ ਪਤਾ ਲੱਗਾ ਵਾ ਆ ਗਿਆ ਤਾਂ ਉਹਨੂੰ ਪਤਾ ਲੱਗਾ ਵਾ ਫਿਰੇ ਵਾ ਕਿੱਥੇ ਕੰਪੇ ਜਿਹੜੇ ਆਏ ਨੇ ਅੱਛਾ ਉਹ ਪਹਿਲਾਂ ਜਾਣਦਾ ਸੀ ਤੁਹਾਨੂੰ ਹੈ ਪਾਕਿਸਤਾਨੀ ਜਾਣਦਾ ਸੀ ਸ਼ਾਹ ਸ਼ਾਹ ਉਹ ਇੱਧਰ ਰਹਿੰਦਾ ਸੀ ਪਹਿਲਾਂ ਹੀ ਆਹੋ ਅਦਲੀ ਵਾਲਾ ਆਖਿਆ ਅੱਛਾ ਉਹ ਅਦਲੀ ਵਾਲੇ ਰਹਿੰਦਾ ਸੀ ਇੱਥੇ ਇੰਡੀਆ 'ਚ ਇੱਤਲ ਦਾ ਸੀ ਮਲਵਈ ਉਹ ਇਦੋਂ ਯਾਰ ਬਣਿਆ ਸਾਡੇ ਪਿੰਡ ਦੇ ਨਾ ਥੋੜੇ ਤੇਲੀ ਸਨ ਕਿ ਜੋਗੀ ਸਨ ਉਹਦੇ ਨੌਕਰ ਰਿਹਾ ਤੇ ਉਹਦੇ ਪੈਸੇ ਮਾਰ ਕੇ ਆ ਗਿਆ ਅੱਛਾ ਉਹਨੂੰ ਪਤਾ ਲੱਗਾ ਪੁੱਛ ਲਈ ਦਾ ਕਿੱਥੋਂ ਦਾ ਖਾਰੇ ਦਾ ਖਾਰੇ ਆਇਆ ਫਿਰ ਇਹਨਾਂ ਉਹਦੀ ਮਦਦ ਕੀਤੀ ਉਹਦੀ ਉਹਦਾ ਨਾਂ ਫੌਜਾ ਸਿੰਘ ਸੀ ਅੱਛਾ ਉਹ ਸ਼ਾਹ ਦਾ ਉਹਦੀ ਕੀਤੀ ਤੇ ਉਹ ਬਣ ਗਿਆ ਫਿਰ ਉਹ ਲੈ ਗਿਆ ਸਾਨੂੰ ਅਦਲੀ ਵਾਲੇ ਖਾਰੇ ਦੇ ਸਾਰਿਆਂ ਨੂੰ ਅਦਲੀ ਵਾਲੇ ਲੈ ਗਿਆ ਤੇ ਉੱਥੇ ਕੀ ਕੰਮ ਮੁਸਲਮਾਨਾਂ ਦਾ ਦਾਣਾ ਫੱਕਾ ਅੱਛਾ ਜਿਹੜਾ ਇੱਕ ਛੱਡ ਗਏ ਹਨ ਉਹ ਲੁੱਟ ਮਾਰ ਕੇ ਨਾ ਇਕੱਠਾ ਕੀਤਾ ਸੀ ਦਾਣੇ ਵੀ ਅੱਛਾ
ਉਹਨਾਂ ਆਟਾ ਵੀ ਪਿਆ ਦਿੱਤਾ ਫਿਰ ਸਾਡੀਆਂ ਮਾਵਾਂ ਮੂਵਾਂ ਨੇ ਪਕਾ ਦੇਣਾ ਚੌਂਕੀ ਲਾ ਕੇ ਖਾਣੀ ਹੈ ਅਦਲੀ ਵਾਲੇ ਉੱਥੇ ਫਿਰ ਵਾਹਵਾ ਦਿਨ ਨਾ ਅੱਠ ਦਸ ਦਿਨ ਰਹਿ ਫਿਰ ਭਾਈ ਹੁਣ ਤੁਹਾਨੂੰ ਅਲਾਟ ਹੋ ਗਿਆ ਪਾਣੀ ਪਤਕਰ ਨਾਲ ਗੁਜਰਾਂ ਵਾਲੇ ਨੂੰ ਸ਼ੇਖਪੁਰੇ ਨੂੰ ਦੋਵਾਂ ਜ਼ਿਲ੍ਹਿਆਂ ਨੂੰ ਅੱਛਾ ਫਿਰ ਉੱਥੇ ਗਏ ਅਤੇ ਉੱਥੇ ਕੰਪ ਲੱਗ ਗਿਆ ਬਿਰਲੇ ਸੇਡ ਦਾ ਉਹ ਮਸ਼ਹੂਰ ਹੁੰਦਾ ਸੀ ਟਾਟਾ ਬਿਰਲਾ ਹਾਂ ਉਹਨਾਂ ਦਾ ਲੱਗ ਗਿਆ ਅਤੇ ਉਹਨਾਂ ਫਿਰ ਕੋਈ ਸੇਵਾ ਕਰ ਛੱਡੀਏ ਲੋਕਾਂ ਦੀ ਤੰਬੂ ਪਹਿਲਾਂ ਦੇ ਦਿੱਤੇ ਜਿਹੜੇ ਕੱਪੜੇ ਵਾਲੇ ਫੌਜੀਆਂ ਨੂੰ ਮਿਲਦੇ ਨੇ ਉਹ ਦੂਕਰਾਂ ਨੂੰ ਇੱਕ ਅੱਧ ਵੰਡੀ ਮਾਰੀ ਅਤੇ ਉਹਦੇ ਵਿੱਚ ਆਪਣਾ ਰੋਟੀ ਪਾਣੀ ਹੈ ਉਹ ਦਿੱਤੇ ਰਿਹਾ ਅਤੇ ਫਿਰ 37-45 ਕਦੋਂ ਅਲਾਟਮੈਂਟ ਹੋਈ 37 ਦੇ ਮਗਰੋਂ ਬੜੀ ਹੋਈ ਅਲਾਟ ਇੱਕ ਜੋਗਿੰਦਰ ਸਿੰਘ ਮਾਨ ਹੀ ਹੁੰਦਾ ਸੀ ਅੱਛਾ ਉਹ ਜਦੋਂ ਵੋਟ ਪਏ ਸਨ ਨਾ ਮੁਸਲਿਮ ਲੀਗ ਦੇ ਤੇ ਉਦੋਂ ਦੇ ਅੱਛਾ ਉੱਥੇ ਪਾਕਿਸਤਾਨ ਪਾਇਆ ਪਾਕਿਸਤਾਨ ਆ ਪੜੇ ਉਦੋਂ ਬੜੇ ਘੱਟ ਸਨ ਅੱਛਾ ਪਤਾ ਹੀ ਕੋਈ ਨਹੀਂ ਕਿਹਨੂੰ ਪਾਣਾ ਤੇ ਕਿਹਨੂੰ ਨਹੀਂ ਨਹੀਂ ਅੱਛਾ ਪੜੇ ਘੱਟ ਸਨ ਪਾਣਾ ਤੇ ਇਹ ਸੀ ਸਿੱਖਾਂ ਨੇ ਜਿਹੜੇ ਸਿੱਖਾਂ ਗੰਢੇ ਸਨ ਆ ਜਿਹੜਾ ਕੁੰਦਾ ਘਿਓ ਹੀ ਨਾ ਉਹ ਉਦੋਂ ਚੱਲਿਆ ਸੀ ਉਹਨੂੰ ਆਉਂਦੇ ਸਨ ਉਕੜਾ ਬਣਾ ਕੇ ਖਵਾਉਂਦੇ ਨੇ ਕੁੰਦੇ ਦਾ ਮੁਸਲਮਾਨਾਂ ਕੋਲ ਸਾਡੇ ਵੱਲ ਖਿੱਚਦੇ ਹਨ ਲੋਕ ਤੇ ਚਾਚਾ ਸੀ ਸਾਡਾ ਉਹ ਪੜਿਆ ਸੀ ਨਾ ਉਹ ਜੋਗਿੰਦਰ ਮਾਨ ਸਿੰਘ ਦਾ ਜਿਵੇਂ ਮੁਨਸ਼ੀ ਹੁੰਦਾ ਜਾਣ ਪਛਾਣ ਹੋ ਗਈ ਇਹਦੀ ਇੱਥੇ ਉਹ ਹਲਵੇ ਬਣਨੇ ਸਭ ਕੁਝ ਬਣਨਾ ਉਹ ਪ੍ਰੇਮੀ ਸੀ ਉਹ ਲੱਗ ਗਿਆ ਤਲਾ ਗਿਆ ਲਾਟਾਂ ਤੇ ਲਾਟਾਂ ਦੇ ਲੱਗ ਗਿਆ ਸਾਰਾ ਸਾਡਿਆਂ ਨੇ ਗੁੱਲਾ ਗਾਲਾ ਵੇਖਿਆ ਜੰਗਲ ਹੀ ਜੰਗਲ ਇੱਥੇ ਜਿਹੜਾ ਕੈਥਲ ਕੋਲੇ ਆਹੋ ਜੰਗਲ ਵੇਖ ਆਇਆ ਹੁਣ ਮਾਰੇ ਗਏ ਫਿਰ ਉਹਨਾਂ ਆਖਿਆ ਵਾ ਇੱਥੇ ਸਨ ਮਸੀਤੀ ਹੈ ਮਸੀਤੀਆਂ ਨੂੰ ਜਿਹੜੇ ਨਾ ਬੜੇ ਨਮਰਾਜ ਸਨ ਉਹ ਤੰਗ ਕਰਦੇ ਸਨ ਉਹ ਤਾਂ ਮੈਨੂੰ ਪੱਕੇ ਕਰਵਾਉਣ 37 ਦੇ ਨਾ ਵਿੱਚ ਵਿੱਚ ਦੇ ਕੇ ਨਾ ਉੱਥੇ ਬਾਰੂ ਪਟਵਾਰੀ ਨਰਵਾਣੇ ਦਾ ਹੁੰਦਾ ਸੀ ਉਹਨੂੰ ਆ ਕੇ ਅਤੇ ਉਹਨਾਂ ਦੀਆਂ ਪਰਚੀਆਂ ਇੱਥੋਂ ਕਢਵਾ ਛੱਡੀਆਂ ਵੀ ਇੱਥੋਂ ਤੁਰ ਜਾਂਦੇ ਸੀ ਇੱਥੇ ਆ ਜੀ ਉਹ ਤੇ ਅੱਗੇ ਹੀ ਆਏ ਸਨ ਬਈ ਤੰਗ ਕਰਦੇ ਨੇ ਉਤਰੇ ਨੇ ਸਾਨੂੰ ਤੰਗ ਕਰਨ ਦੇ ਹੈ ਇੰਨਾ ਸ਼ੇਰ ਸਿੰਘ ਹੁੰਦਾ ਸੀ ਜੱਸੇ ਦਾ ਦਾਦਾ ਤੇ ਹੋਰ ਸਨ ਇੱਕ ਦੋ ਇਹਨਾਂ ਦੇ ਕੇ ਬਾਰੂ ਨੂੰ ਕੁਛ ਤੇ ਕਟਵਾ ਖੜੀਆਂ ਉਹਨਾਂ ਨੂੰ ਉਹਨਾਂ ਗਿਆ 37 ਪਿੰਡ ਜੇ ਚਾਚਰੀ ਗਏ ਤੇ ਤੁਹਾਡਾ ਹੱਥ ਪੈਂਦਾ ਤੇ ਛੋਲੇ ਵੱਢੀਏ ਕਣਕਾਂ ਵੱਢੀਏ ਤੇ ਤਾਂ ਹੁੰਦੀਆਂ ਨੇ ਨਹੀਂ ਤੇ ਫਸਲ ਬੀਜਾ ਉਦੋਂ ਸਿਰਫ ਥੋੜ੍ਹੇ ਜਿਹੇ ਥਾਂ ਨੂੰ ਪਾਣੀ ਸੀ ਇਦੋਂ ਅੱਗੇ ਕੋਈ ਸੀ ਮਾਰੂ ਸੀ ਸਾਰਾ ਅੱਛਾ ਇੱਥੇ ਕਮਾਣ ਹੁੰਦਾ ਸੀ ਡਿੰਗਾ ਡਿੰਗਾ ਪਿਆ ਹੁੰਦਾ ਸੀ ਹੁਣ ਮੁੰਜੀ ਲੱਗਦੀ ਹੈ ਇੱਥੇ ਹਾਂ ਉਹ ਪੁੱਛ ਨਾ ਹੁਣ ਤੇ ਇਹ ਸਾਲ ਦੇ ਕੜਾਕੇ ਨਿਕਲ ਗਏ ਨਿਕਲ ਗਏ ਕਰਜ਼ਾ ਲੈ ਗਿਆ ਸਾਰਾ ਨਾ ਇਹ ਕਰਜ਼ਾ ਵਿਆਜ ਰੱਖੀ ਆ ਬੜੇ ਪੈਸੇ ਨੇ ਬਾਪੂ ਤੁਹਾਡੇ ਕੋਲ ਅੱਛਾ ਸੁਣਦਾ ਕਿੱਲਾ ਦੇ ਜੇ ਵੀ ਮੁੱਲ ਲੈਨੇ ਪਏ ਹੋਰ ਕਈ ਲੈ ਗਏ ਨੇ ਉਦੋਂ ਫਿਰ ਨਿਕਲ ਗਿਆ ਨਾ ਜਦੋਂ ਇੱਥੇ ਮਰ ਗਏ ਡਰਦੇ ਅੱਛਾ ਉੱਥੋਂ ਫਿਰ ਸਿੱਧੇ ਕਲਸ਼ੇਤਰ ਇੱਥੇ ਰਹੇ ਇੱਥੋਂ ਫਿਰ ਪੱਕੀਆਂ ਲਾਟਾਂ ਫਿਰ ਆ 50 ਰੁਪਈਏ ਪਰਚੀ ਦੇ ਇੱਕ ਘਰ ਦੇ ਕਰਕੇ 100 ਰੁਪਈਆ ਹੈ ਉਦੋਂ ਆਪਣਾ ਜ਼ਿਲ੍ਹਾ ਜੀਂਦ ਤੇ ਕੋਈ ਨਹੀਂ ਰਿਆਸਤ ਚ ਪਿੰਡ ਸੀ ਆ ਸਾਡਾ ਜ਼ਿਲ੍ਹਾ ਉਦੋਂ ਸੀ ਸੰਗਰੂਰ ਸੰਗਰੂਰ ਪਰ ਹੁਣ ਜਾਣਾ ਪਾਕਿਸਤਾਨ ਇੰਨਾ ਜਾਣ ਜਾਣ ਜੋਗੇ ਨਹੀਂ ਜੀ ਬਾਪੂ ਜੀ ਜੇ ਹੁਣ ਮੌਕਾ ਮਿਲੇ ਤੇ ਜਾਓ ਪਾਕਿਸਤਾਨ ਅੱਛਾ ਵੀਜ਼ਾ ਵਾਜਾ ਫਿਰ ਮਿਲ ਜਾਏਗਾ ਕਿ ਖੁੱਲੇ ਦਰਸ਼ਨਾਂ ਤੇ ਜਾਣਾ ਖੁੱਲੇ ਦਰਸ਼ਨਾਂ ਤੇ ਜਾਣਾ ਅੱਛਾ ਜਾਣ ਪਛਾਣ ਦੇ ਉਹੀ ਨੇ ਜਿਹੜੇ ਨੇ ਬਰਕਤਰੀ ਸੋਨੀ ਦੀ ਲਾਦ ਮਾਣੀ ਦੀ ਸਿੰਗਾਰਾ ਸਿੰਘ ਦੀ ਹੈ ਉਹ ਸਾਡੇ ਜਾਣ ਉਹਨਾਂ ਦੇ ਨਾਮ ਨੂੰ ਭੁੱਲ ਗਏ ਵੱਡਿਆਂ ਦੇ ਹੈ ਨੀ ਜਿਹੜੇ ਮਗਰੋਂ ਸੁਣਨ ਦਾ ਬਰਕਤ ਬਰਕਤ ਦਾ ਜਾਣ ਬਰਕਤ ਬਰਕਤ ਦਾ ਜਾਣ ਸਭ ਦੇ ਨਾਲ ਖੇਡਦੇ ਹੁੰਦੇ ਤੇ ਆਪਣਾ ਬਾਪੂ ਆਉਂਦੇ ਹਨ ਗਿਆ ਸੀ ਤੁਹਾਡੇ ਡੈਡੀ ਗਿਆ ਸੀ ਉਸ ਮਾਲ ਕੱਢ ਕੇ ਲਿਆਂਦਾ ਸੀ ਨੱਪਿਆ ਸੀ ਕੀ ਕੀ ਮਾਲ ਸੀ ਫਿਰ ਸੋਨਾ ਸਾਨਾ ਸੀ ਸੋਨਾ ਸੀ ਟੂੰਬਾਣ ਬਹੁਤ ਉਸ ਮਾਲ ਹੀ ਤੇ 37 ਚ ਬਣਾ ਹੜਿਆ 100 ਤੋਲਾ ਵੇਚਿਆ 100 ਰੁਪਈਏ ਤੋਲਾ 100 ਰੁਪਈਏ ਤੋਲਾ 100 ਤੋਲਾ ਵੇਚਿਆ ਹੋਰ ਸਾਕਾਂ ਸੈਣਾਂ ਦਾ ਦੇਖ ਲਿਆ ਕਿਲੋ ਮਾਲ ਲਈ ਫਿਰਦੇ ਹੋ ਕਿਲੋ ਦਾ 2 ਕਿਲੋ ਹੋਣਾ ਸਾਕਾਂ ਸੈਣਾਂ ਦਾ ਵੀ ਅੱਛਾ ਸਾਡੇ ਕੋਲ ਪੇਟੀ ਹੁੰਦੀ ਸੀ ਪਤਾ ਹੋਣਾ ਉਹਨਾਂ ਨੂੰ ਬੜੀ ਤਗੜੀ ਅੱਛਾ ਉਹ ਚੋਰਾਂ ਤੋਂ ਨਹੀਂ ਟੁੱਟਦੀ ਤੇ ਨਾ ਉਹ ਚੁੱਕੀ ਜਾਂਦੀ ਸੀ ਭਾਰੀ ਸੀ ਲੋਹੇ ਦੀ ਸੀ ਲੋਹੇ ਦੀ ਸਾਰੀ 12-15 ਮਣ ਦੀ ਬੜੇ ਖਾਨੇ ਸਨ ਉਹਦੇ ਮੈਨੂੰ ਯਾਦ ਹੈ ਆਪਣੇ ਸਾਰੇ ਜਿੰਨੇ ਹੁਣ ਤੇ ਲਾ ਲਓ ਕਈ ਘੱਟ ਹੋ ਗਏ ਤਾਂ ਸਾਰੀ ਮਤਲਬ ਪੈਲੀ ਕਿੰਨੀ ਕੁ ਹੋਏਗੀ ਹੋਏਗੀ 200 ਕਿੱਲਿਆਂ ਦੇ ਏੜੇ ਗੇੜ ਬਾਬਿਆਂ ਦੀ ਤੇ ਆਪਣੀ ਭਗਤਾਂ ਦੀ ਸਾਡੀ ਹੋਵੇ ਚੌਖੀ ਜੀਕਰੇ ਹੋਵੇ ਚੌਖੇ ਹੋਏਗੀ ਹਨਾ ਸਾਰਿਆਂ ਬਾਬਿਆਂ ਸਾਡੀ ਆ
ਫਿਰ ਤੇ ਵਾਵਾ ਮਤਲਬ ਕਿ ਤਕੜੀਆਂ ਸਾਮੀਆਂ ਹੋ ਇੱਥੇ 80 ਜਾਂ 85 ਕਿਲੇ ਤੇ ਸਾਡੀ ਸੜੀ ਹੀ ਹੋਣੀ ਇੱਥੇ ਅੱਛਾ ਤੇ ਲਾਮੇ ਵੀ ਆਇਆ ਸੁੱਕੇ ਦੀ ਸੁੱਕੇ ਦੀ ਇਹ ਜੱਸੇ ਦੀ ਜੱਸੇ ਦੀ ਤੇ ਫਿਰ ਹੁਣ ਤਿਆਰੀ ਕਰ ਲੈ ਘਰ ਦੀ ਹੈ ਉੱਥੇ ਉੱਥੇ ਮਿਲਿਆ ਬੰਦਿਆਂ ਨੂੰ ਆਹੋ ਕੁੰਦਨ ਵੀ ਆਂਦਾ ਹੁੰਦਾ ਅੱਛਾ ਜਾ ਜਾ ਹੁਣ ਅਖੀਰਲੇ ਦਿਨ ਨੇ ਹੁਣ ਆਪਣੇ ਹੁਣ ਕੀ ਪਤਾ ਕਦੋਂ ਜਾਣਾ ਹੈ ਆਉਣ ਵਾਲੀ ਗੱਡੀ ਤੇ ਫੜ ਲਈ ਫੜ ਲਈ ਫਿਰ ਗੱਡੀ ਮਿਲੇ ਕਿ ਨਾ ਮਿਲੇ ਸਹੀ ਗੱਲ ਅੱਛਾ।